ਦਿੰਦੇ ਕੋਰਟ ਤੁਹਾਨੂੰ ਵੀ ਜੱਚ ਰਿਹਾ ਤੁਸੀਂ ਓਬਾਮਾ ਦੇ ਸਾਲੇ ਲੱਗ ਰਹੇ ਹੋ ਇਸ ਵੇਲੇ ਭਾਈ ਇਹਦੇ ਨਾਲ ਦੇ ਤੁਹਾਨੂੰ ਬਟਨ ਪੂਰੇ ਪਾਕਿਸਤਾਨ 'ਚੋਂ ਬਟਨ ਹੀ ਨਹੀਂ ਲੱਭਣੇ ਅਤੇ ਫਿਰ ਫਾਇਦਾ ਕੀ ਮੈਂ ਜੇ ਲੱਭਣਾ ਹੀ ਨਹੀਂ ਇੱਥੋਂ ਕੋਈ ਟੁੱਟ ਗਿਆ ਮੈਂ ਕਿੱਥੇ ਲੱਭਦਾ ਫਿਰਾਂਗਾ ਹੋਰ ਕੋ ਵਹਾ ਉਹ ਮੇਰਾ ਮਕਸਦ ਇਹ ਵਿੱਚੋਂ ਨਿਕਲਿਆ ਪਤਾ ਨਹੀਂ ਮੇਰੇ ਨਿਕਲਿਆ ਹੁਣ ਤੇਰੇ ਤਰੀ ਤੇਰੇ ਐਡਾ ਖੁਸ਼ਕਿਸਮਤ ਤੂੰ ਤੇਰੇ ਨਿਕਲਣੇ ਉਹ ਭਾਈ ਨਹੀਂ ਇਹ ਨਹੀਂ ਹੈਗਾ ਆਹ ਫੜਾ ਦੇ ਉਰੇ ਆਹ ਜੀ ਅਲਬੇਲਾ ਟੀ ਵੀ 'ਤੇ ਮੈਂ ਫਿਰ ਹਾਜ਼ਰ ਹੋਇਆ ਅਤੇ ਅੱਜ ਤੁਹਾਨੂੰ ਇਨਸ਼ਾਅੱਲਾ ਤਾਲਾ ਇੱਕ ਅਸੀਂ ਨਵੀਂ ਵੀਡੀਓ ਦਿਖਾਵਾਂਗੇ ਤੋ ਵੀਡੀਓ ਬੜੀ ਅੱਛੀ ਹੋਏਗੀ ਐਂਡ ਤੱਕ ਦੇਖਣਾ ਤੁਸੀਂ ਅਤੇ ਆ ਫੜ ਚਾਂਦ ਔਰ ਸਾਡੇ ਕੋਲ ਜੀ ਆਪਣਾ ਚਿਲਤਨ ਪਿਓਰ ਵਾਲਿਆਂ ਦਾ ਰੈੱਡ ਓਨੀਅਨ ਮਤਲਬ ਕਿ ਪਿਆਜ਼ ਨੂੰ ਕਹਿੰਦੇ ਜੀ ਓਨੀਅਨ ਅਗਰ ਜਿਹਦੇ ਵਾਲ ਡਿੱਗਦੇ ਹੁਣ ਨਾ ਕਹਿੰਦਾ ਮੈਂ ਗੰਜਾ ਹੋ ਰਿਹਾ ਉਹ ਸੁਬਾਹ ਉੱਠ ਕੇ ਰੋਜ਼ ਲਾਵੇ ਇਨਸ਼ਾਅੱਲਾ ਤਾਲਾ ਵਾਰ ਉੱਥੇ ਹੀ ਰੁਕ ਜਾਣਗੇ ਤੁਹਾਡੇ ਤੁਹਾਨੂੰ ਹੁਣ ਟ੍ਰਾਂਸਪਲਾਂਟ ਕਰਵਾਉਣ ਦੀ ਕੋਈ ਲੋੜ ਨਹੀਂ ਹੋਏਗੀ ਚਿਲਤਨ ਪਿਓਰ ਵਾਲਿਆਂ ਦਾ ਰੈੱਡ ਓਨੀਅਨ ਹਰ ਜਗ੍ਹਾ 'ਤੇ ਦਸਤੀਆਬ ਹੈ ਔਰ ਸਾਡੇ ਯੂਟਿਊਬ ਦੇ ਚੈਨਲ ਦੇ ਥੱਲੇ ਇਹਨਾਂ ਦਾ ਲਿੰਕ ਵੀ ਹੈ ਉਹ ਵੀ ਤੁਸੀਂ ਜ਼ਰੂਰ ਦੇਖਣਾ ਅਤੇ ਆਓ ਚੱਲਦੇ ਹਾਂ ਇੱਕ ਹੋਰ ਵੀਡੀਓ 'ਤੇ ਲਿਆ ਸੁੱਟ ਫੁੱਟਬਾਲ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਅਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਅਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹ ਅਲਬੇਲਾ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹ ਅਲਬੇਲਾ ਇੱਥੇ ਜੁਗਤਾਂ ਦੀ ਬਣ ਦਿੱਕਤਾਂ ਉਹ ਇੱਥੇ ਵਿਕਿਆ ਤਾਂ ਨਹੀਂ ਕਾਰੋਬਾਰ ਉਹ ਇਹਨੂੰ ਵੇਖਦੇ ਸਮੁੰਦਰੋਂ ਹੈਲੋ ਸਲਾਮੁਅਲੈਕਮ ਵਾਲੇਕੁਮ ਸਲਾਮ ਇਹ ਖਜੂਰਾਂ ਲਾਈਆਂ ਭਾਈ ਝਾੜਨ ਦਾ ਤੁਸੀਂ ਮੱਖੀਆਂ ਪੈ ਰਹੀਆਂ ਬੈਕਾਂ 'ਤੇ ਨਹੀਂ ਉਹ ਭਾਈ ਮਿੱਟੀ ਪੈ ਜਾਂਦੀ ਹੈ ਨਾ ਫਿਰ ਉਹ ਜ਼ਾਹਰੀ ਬਾਤ ਆ ਫਿਰ ਸਫਾਈ ਤਾਂ ਕਰਨੀ ਪੈਂਦੀ ਹਾਂ ਨਹੀਂ ਬਿਲਕੁਲ ਠੀਕ ਹਾਂਜੀ ਭਾਈ ਕੀ ਲੈਣਾ ਤੁਸੀਂ ਇਹ ਤੁਹਾਡੇ ਦੋਵਾਂ 'ਚੋਂ ਦੁਕਾਨਦਾਰ ਕਿਹੜਾ ਭਾਈ ਦੋਵੇਂ ਦੁਕਾਨਦਾਰ ਹੀ ਆ ਭਾਈ ਨਾ ਅਸੀਂ ਕੋਟ ਕੋਈ ਦਿਖਾਓ ਬਿਹਤਰੀਨ ਜਿਹਾ ਕੋਟ ਹਾਂਜੀ ਠੰਡ ਆ ਰਹੀ ਨਾ ਅੱਗੋਂ ਤੁਹਾਨੂੰ ਪਤਾ ਅੱਗੋਂ ਕਿੱਥੋਂ ਆਉਣੀ ਆ ਹੁਣ ਤਾਂ ਆ ਗਈ ਠੰਡ ਬਾਹਰ ਤਾਂ ਨਿਕਲੋ ਇੱਥੋਂ ਬੰਨੇ ਆ ਤੁਹਾਨੂੰ ਬਾਹਰ ਤਾਂ ਆਓ ਆ ਜਾਂਦੇ ਹਾਂ ਤੁਸੀਂ ਦੱਸੋ ਵੀ ਕਿੰਨੀ ਕਮਰ ਕਿੰਨੀ ਆ ਤੁਹਾਡੀ ਉਹ ਕਮਰ ਦਾ ਕੋਟ ਨਾ ਕੀ ਤਲਕ ਭਾਈ ਪਾਗਲਾਂ ਤੋਂ ਯਾਰ ਆ ਸ਼ੋਲਡਰ ਦੀ ਚੀਜ਼ ਨਹੀਂ ਲੈਣੀ ਮੁੜ ਕੇ ਭਾਈ ਇਹ ਲੰਡਾ ਹੈਗਾ ਇੱਥੇ ਗਾਰਮੈਂਟਸ ਦੀ ਦੁਕਾਨ 'ਤੇ ਆਇਆ ਮੈਂ ਵੇਸਟ ਕਿੰਨੀ ਦੇ ਕੇ ਭਾਈ ਸਾਡੇ ਕੋਲ ਮਾਲ ਇੰਨਾ ਪਿਆ ਵਾ ਹਰ ਚੀਜ਼ ਸਾਡੇ ਕੋਲ ਮੌਜੂਦ ਆ ਮੁਰਾਦ ਅਸੀਂ ਇੰਚੀ ਟੇਪ ਦੇ ਨਾਲ ਨਾ ਹਾਂ ਵੇਸਟ ਵੀ ਪੈਂਟ ਦੀ ਲੈ ਲਈ ਦੀ ਆ ਕਮਰ ਪੈਂਟ ਮੈਂ ਲੈਣੀ ਨਹੀਂ ਮੈਂ ਕੋਟ ਲੈਣਾ ਜਿਹੜਾ ਨਹੀਂ ਚਸਟਡ ਜਿਹਾ ਕੋਈ ਗਰਮੀਆਂ ਮਤਲਬ ਤੁਹਾਨੂੰ ਪਤਾ ਸਰਦੀ ਆ ਰਹੀ ਅੱਗੋਂ ਗਰਮ ਹੋਵੇ ਚੈਸਟ ਖਰਾਬ ਆ ਤੇਰੀ ਮੈਂ ਚਸਟਰ ਲੈਣਾ ਆ ਚਸਟਰ ਹੀ ਪਾਇਆ ਤੁਸੀਂ ਆ ਜਿਹੜਾ ਇਸ ਤਰ੍ਹਾਂ ਚਸਟਰ ਪਏ ਆ ਸਾਡੇ ਕੋਲ ਚਲੋ ਆਓ ਬਾਹਰ ਤੇ ਆਓ ਬਾਹਰ ਆ ਜਾਂਦੇ ਭਾਈ ਮੈਂ ਪਹਿਲੇ ਗੱਲ ਕਰ ਲਵਾਂ ਸਹੇਲ ਭਾਈ ਨੂੰ ਪਤਾ ਵੇ ਮੁੜ ਕੇ ਨਾ ਇੱਥੇ ਗਾਹਕ ਸਾਡੇ ਨਾਲ ਖੱਪ ਕਰਦੇ ਆ ਜਾਂ ਬਹਿਸ ਕਰਦੇ ਆ ਕੀ ਚੋਰੀ ਦਾ ਮਾਲ ਤੁਹਾਡਾ ਨਹੀਂ ਨਹੀਂ ਚੋਰੀ ਦੀ ਗੱਲ ਨਹੀਂ ਹੈਗੀ ਸਾਡੇ ਕੋਲ ਮਾਲ ਹੈਗਾ ਵੇ ਅੱਛਾ ਅੱਛੇ ਕਿਸਮ ਦਾ ਭਾਜੀ ਜਿਸ ਤਰ੍ਹਾਂ ਦਾ ਪੈਸੇ ਫਿਰ ਨਾ ਉਹ ਜਦੋਂ ਪੈਸੇ ਦੱਸੀ ਦੇ ਆ ਫਿਰ ਗਾਹਕ ਮੂੰਹ ਬਣਾਉਂਦਾ ਵਾ ਤੁਹਾਡਾ ਤਾਂ ਵੈਸੇ ਪਹਿਲਾਂ ਹੀ ਬਣਿਆ ਤੁਸੀਂ ਬਾਅਦ 'ਚ ਬਣਵਾਇਆ ਉਹਨਾਂ ਦਾ ਮਤਲਬ ਇਹ ਕਿ ਸਾਡੇ ਕੋਲ ਜਿਹੜੇ ਹੈਗਾ ਨਾ ਬ੍ਰਾਂਡ ਦਾ ਕੰਮ ਹੈ ਸਾਰਾ ਇਹ ਲੰਡਨ ਅਮਰੀਕਾ UK ਜਪਾਨ ਉਹਨਾਂ ਦੀ ਵਰਾਇਟੀ ਸਾਡੇ ਇਸੇ ਲਈ ਮੈਂ ਵੀ ਇੱਥੇ ਆਇਆ ਨਾ ਸਹੇਲ ਸਾਹਿਬ ਤੁਹਾਡਾ ਨਾ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਭਾਜੀ ਮੇਰਾ ਨਾਮ ਗੋਗਾ ਜੀ ਇਹੀ ਦੱਸਿਆ ਜੀ ਉਹਨਾਂ ਨੇ ਕਿਹਾ ਉੱਥੇ ਚਲੋ ਜੋ ਬ੍ਰਾਂਡਡ ਚੀਜ਼ਾਂ ਪਈਆਂ ਨੇ ਬ੍ਰਾਂਡਡ ਚੀਜ਼ਾਂ ਹਰ ਚੀਜ਼ ਸਾਡੇ ਕੋਲ ਬ੍ਰਾਂਡਡ ਪਈ ਹੈ ਮੈਨੂੰ ਭਾਜੀ ਕੋਟ ਦੇ ਉਹ ਜਿਹੜਾ ਜੈਮਸ ਬੌਂਡ ਦੇ ਨਹੀਂ ਉਹ ਫਿਲਮ ਦੇ ਵਿੱਚ ਪਾਇਆ ਜਿਹਦੇ ਵਿੱਚ ਉਹ ਪੈਰਾਸ਼ੂਟ ਤੋਂ ਉੱਤੋਂ ਥੱਲੇ ਜਹਾਜ਼ ਤੋਂ ਡਿੱਗਦਾ ਇਹ ਤਾਂ ਤੈਨੂੰ ਮਰ ਕੇ ਹੀ ਮਿਲਣਾ ਫਿਰ ਜੈਮਸ ਬੌਂਡ ਤਾਂ ਵਿਚਾਰਾ ਬੜੀ ਦੇਰ ਦਾ ਮਰ ਗਿਆ ਨਹੀਂ ਬਾਹਰੋਂ ਨਹੀਂ ਆਉਂਦਾ ਸਾਰਾ ਮਾਲ ਉਹ ਬਾਹਰੋਂ ਸਾਨੂੰ ਦੱਸ ਕੇ ਮਰਿਆ ਵੀ ਉੱਥੇ ਕੋਟ ਪਿਆ ਲੈ ਲਿਓ ਨਹੀਂ ਉਹਨਾਂ ਦਾ ਕਿਸ ਕੰਮ ਹੁੰਦਾ ਫਿਲਮ ਖਤਮ ਹੋਈ ਅਤੇ ਉਹਨਾਂ ਨੇ ਲੰਡੇ 'ਚ ਇੱਧਰ ਪਾ ਜਾਂਦਾ ਹਰ ਚੀਜ਼ ਆ ਜਾਂਦੀ ਲੰਡੇ 'ਚ ਆ ਜਾਂਦੀ ਹੈ ਲੇਕਿਨ ਇਹ ਕੰਟੇਨਰ 'ਚ ਚੀਜ਼ਾਂ ਆਉਂਦੀਆਂ ਹੁੰਦੀਆਂ ਹੁਣ ਕਿਹੜਾ ਉੱਥੇ ਟੈਗ ਲੱਗਾ ਜੈਮਸ ਬੌਂਡ ਦਾ ਪਿਆ ਉਹਦਾ ਕੋਟ ਸੀ ਉਸਤਾਦ ਜੀ ਇਹਨਾਂ ਨੂੰ ਆਰਨਡ ਵਾਲਾ ਦੇ ਦਿਓ ਉਹ ਜਦੋਂ ਡਿੱਗਾ ਸੀ ਤਾਂ ਕੋਨੀ ਤੇ ਸੱਟ ਨਹੀਂ ਸੀ ਵੱਜੀ ਉਹਦੀ ਡਿਜ਼ਾਈਨ ਪਾ ਲਿਆ ਸੀ ਅਸੀਂ ਉਹਦੀ ਸਿਹਤ ਤੇ ਵੇਖ ਲਾ ਆਰਨਡ ਵਾਲਾ ਉਹਨੂੰ ਚਾਹੀਦਾ ਨਹੀਂ ਆਰਨਡ ਦਾ ਤੇ ਪੇਰਾ ਤੇ ਜੁੱਸਾ ਹੋਰ ਹੈ ਨਾ ਜਾਂ ਮੈਂ ਫਿੱਟ ਕਰਾ ਲਾਂਗਾ ਫਿਟਿੰਗ ਫਿਟਿੰਗ ਹੋਈ ਹੋਈ ਜੇ ਤਿੰਨ ਬਣ ਜਾਣਗੇ ਤੁਹਾਡੇ ਭਾਜੀ
ਤਿੰਨ ਬਣ ਜਾਣਗੇ ਉਹਦੇ ਤੁਹਾਡੇ ਤੋਂ। ਆਓ ਭਾਜੀ ਬਾਹਰ ਤੇ ਆਓ, ਵਹਾਓ ਕੋਈ ਚੀਜ਼ ਤੇ ਵਹਾਓ, ਦੇਖ ਲਓ ਆ ਜਾਓ ਕਿਹੜੀ ਸ਼ੈਵ ਆ ਤੁਹਾਡੇ ਸਾਹਮਣੇ ਲੱਗੇ ਆ। ਆ ਲੇਡੀਜ਼ ਮਾਲ ਵੀ ਪਿਆ ਵੇ ਸਾਹਮਣੇ, ਆ ਇਹ ਵੀ ਆ ਸ਼ਰਟਾਂ ਪਈਆਂ ਵਾ, ਚਸਟਰ ਪਏ ਆ। ਅੱਛਾ ਜੀ ਭਾਜੀ, ਇਹ ਵੀ ਕੋਟ? ਹਾਂਜੀ ਇਹ ਵੀ ਚਸਟਰ ਛੋਟਾ ਆ ਤੇ ਛੋਟਾ। ਕੋਈ ਮੇਰੇ ਨਾਪ ਦਾ ਵਹਾਓ। ਨਾਪ ਦਾ ਭਾਈ ਇੱਥੇ ਪਾ ਕੇ ਦੇਖਣੇ ਪੈਣੇ ਆ। ਹੈਂ ਨਹੀਂ ਸਾਈਜ਼ ਵਾਰੀ ਆ, ਇਹ ਤੁਸੀਂ ਦੇਖ ਲਓ। ਇਹ ਭਾਜੀ ਇਹ ਲੰਡਾ ਨਾ ਹੋਵੇ, ਗਰੀਬ ਆਦਮੀ ਤਾਂ ਠੰਡ ਨਾ ਹੀ ਮਰ ਜਾਏ। ਭਾਜੀ ਠੰਡ ਨਾ, ਗਰੀਬ ਨਾ ਵੀ ਮਰਿਆ ਨਾ ਤੇ ਮਹਿੰਗਾਈ ਨਾ ਮਰਿਆ ਹੀ ਲਓ, ਸਮਝਦੇ ਹੋ ਨਾ ਕਿ ਕਿੱਥੇ। ਤੂੰ ਮੈਨੂੰ ਇਹ ਤਾਂ ਨਹੀਂ ਸੁਣਾ ਰਿਹਾ ਕਿ ਮੈਂ ਮਹਿੰਗਾ ਦੇਣਾ? ਨਹੀਂ ਨਹੀਂ, ਮਹਿੰਗੇ ਦੀ ਨਹੀਂ ਗੱਲ ਹੈਗੀ, ਮਹਿੰਗਾਈ ਤਾਂ ਬਹੁਤ ਹੋ ਗਈ ਭਾਜੀ। ਇਸ ਲਈ ਲੰਡੇ 'ਚ ਆਏ ਆ, ਨਹੀਂ ਗਾਰਮੈਂਟਸ ਜਿਹੜੀ ਉਹ ਨਵੇਂ ਲਏ ਜਾਂਦੇ। ਅੱਛਾ ਮੈਂ 6-7 ਲੈਣੇ ਹੈਗੇ ਆ, ਬੱਚਿਆਂ ਦੇ ਵੀ ਦਿਖਾਓ। ਇਹ ਤੁਸੀਂ ਵੈਸੇ ਪਾ ਕੇ ਦੇਖੋ, ਇਹ ਸ਼ੋਰਟ ਬਾਡੀ ਦਾ ਹੈਗਾ ਵਾ, ਹੋਟ ਟਾਈਪ ਆ ਇਹ। ਭਾਜੀ ਜ਼ਿਪ ਬਹੁਤ ਅੱਛੀ ਹੁੰਦੀ ਹੈ ਨਾ, ਵੈਸੇ ਉਹ ਕੱਪੜੇ ਸਹੀ ਬਣਾਉਂਦਾ ਉਹ ਭਾਜੀ। ਇੰਪੋਰਟੈਂਟ ਚੀਜ਼ਾਂ ਵਾ, ਤੁਹਾਨੂੰ ਸਾਰੀ ਬਾਤ ਆ, ਉੱਧਰ ਤਾਂ ਬੇਈਮਾਨੀ ਹੁੰਦੀ ਕੋਈ ਨਹੀਂ। ਇੱਕ ਇੱਕ ਵਾਰੀ ਪਾਉਂਦੇ ਲੱਗਦਾ ਮੈਨੂੰ, ਪਤਾ ਨਹੀਂ ਅਸੀਂ ਕਿਹੜਾ ਹੁਣ ਫੋਨ 'ਤੇ ਪੁੱਛਿਆ ਉਹਨਾਂ ਨੂੰ ਕਿੰਨੀ ਵਾਰੀ ਪਾਉਂਦੇ। ਅਤੇ ਤੁਸੀਂ ਧੋਤਾ ਸਾਰਾ ਮਾਲ? ਮਾਲ ਭਾਜੀ ਉੱਥੋਂ ਹੀ ਫਰੈਸ਼ ਹੀ ਆਉਂਦਾ ਵਾ, ਪਿੱਛੋਂ ਫਰੈਸ਼ ਤੋਂ ਮਰਾਦ ਇੱਕ ਫਰੈਸ਼ ਕਿਹੜਾ ਹੁੰਦਾ ਲੰਡਾ ਵਾ, ਲੰਡਾ ਕਿਹੜਾ ਫਰੈਸ਼ ਹੁੰਦਾ ਯਾਰ। ਉਹ ਅੰਗਰੇਜ਼ ਲੋਕ ਕਿਹੜਾ ਕਿਤੇ ਮਹੀਨੇ ਬਾਅਦ ਲਾਉਂਦੇ, ਜਿੱਦਾਂ ਇੱਥੇ ਪਾਕਿਸਤਾਨੀ ਕਰਦੇ ਉਹ ਤਾਂ ਇੱਕ ਅੱਧੀ ਵਾਰੀ ਪਾ ਕੇ ਚੀਜ਼ ਆਇਆ ਕਰ ਦਿੰਦੇ। ਕੋਟ ਤੁਹਾਨੂੰ ਵੀ ਜੱਚ ਰਿਹਾ, ਤੁਸੀਂ ਓਬਾਮਾ ਦੇ ਸਾਲੇ ਲੱਗ ਰਹੇ ਹੋ ਇਸ ਵੇਲੇ। ਅੱਛਾ ਟਰੰਪ ਦਾ ਕੋਈ ਕੋਟ ਨਹੀਂ ਆਇਆ ਜਿਹਦੇ ਉੱਤੇ, ਮਤਲਬ ਜਿਹੜਾ ਉਹਨੇ ਪਾਇਆ ਸੀ ਜਿੱਦਣ ਉਹ ਜਿੱਤਿਆ ਸੀ, ਉਹ ਇੱਥੇ ਬੋ ਲੱਗੀ ਹੋਵੇ? ਯਾਰ ਤੇਰਾ ਕਿਹੜਾ ਸਦਰ ਬਣਨ ਨੂੰ ਦਿਲ ਕਰਦਾ ਕਿ ਮੁੜ ਕੇ ਤੂੰ ਹਲਫ ਚੁੱਕੇ ਲੰਡੇ 'ਚ? ਤੂੰ ਆਇਆ ਗੱਲਾਂ ਤੂੰ ਯੂਰਪ ਦੀਆਂ ਕਰਨ ਡਿਆ। ਉਹ ਯਾਰ ਲੰਡੇ 'ਚ ਆਇਆ, ਆਉਂਦਾ ਮਾਲ ਤਾਂ ਉੱਥੋਂ ਹੀ ਆ ਨਾ। ਉਹ ਯਾਰ ਉੱਥੋਂ ਹੀ ਆਉਂਦਾ ਵਾ, ਪਰ ਤੂੰ ਇੱਥੇ ਤਾਂ ਮਾੜੇ ਤੋਂ ਮਾੜਾ ਇੱਕ ਬੰਦੇ ਆਉਂਦੇ ਆ, ਕਹਿੰਦੇ ਫਲਾਣੀ ਸ਼ਹਿਰ ਦੇ ਦਿਓ ਅਤੇ ਲੈ ਕੇ ਗਾਂਹ ਜਾਂਦੇ। ਕਦੀ ਨਹੀਂ ਸਾਨੂੰ ਕਿਸੇ ਨੇ ਕਿਹਾ ਜੀ ਆ ਫਲਾਣੇ ਹੀਰੋ ਦਾ ਕੋਟ ਦੇ ਦਿਓ ਅਤੇ ਫਲਾਣੇ ਸਦਰ ਦਾ ਦੇ ਦਿਓ। ਯਾਰ ਅੱਜ ਕੱਲ੍ਹ ਕਿਹੜਾ ਸਦਰ ਹੈਗਾ ਅਮੈਰੀਕਾ ਦਾ? ਇਹ ਦੇਖੋ ਪਾ ਕੇ। ਉਹ ਨਹੀਂ ਭਾਅ ਜੀ, ਇਹ ਮੈਂ ਪਾ ਕੇ ਨਹਿਰ 'ਚ ਛਾਲ ਮਾਰਨੀ ਹੈ, ਇਹ ਏਡਾ ਵੱਡਾ ਮੈਨੂੰ ਕਿੱਥੋਂ ਆ ਜਾਣਾ? ਇਹ ਨਹੀਂ ਭਾਅ ਜੀ ਆਉਣਾ। ਉਹ ਯਾਰ ਜੇਬਾਂ 'ਤੇ ਨਾ ਫੋਲ। ਯਾਰ ਠਹਿਰ ਜਾ, ਕੀ ਹੋਇਆ? ਜੇਬਾਂ ਨਾ ਫੋਲ, ਵੈਸੇ ਤੈਨੂੰ ਜਿਹੜਾ ਪੂਰਾ ਆਏਗਾ ਤੈਨੂੰ ਮੈਂ ਦਿਖਾ ਦਿੰਦਾ। ਇਹ ਚਸਟਰ ਭਾਅ ਜੀ ਚੱਲਦੇ ਅੱਜ ਕੱਲ੍ਹ ਨਾ, ਇਹ ਦੇਖੋ। ਉਹਦੀਆਂ ਤਾਂ ਬਾਹਾਂ ਹੀ ਹੈ ਨਹੀਂ ਗੀਆਂ, ਇਹ ਕਿੱਥੇ ਲਾ ਕੇ ਰੱਖੀਆਂ ਜੀ? ਇਹ ਸਲੀਪਲੈਸ ਹੁੰਦਾ ਭਾਅ ਜੀ, ਇੰਜ ਹੀ ਹੁੰਦਾ ਹੈ। ਇਹ ਤਾਂ ਇਫਤਖਾਰ ਠਾਕਰ ਦਾ ਲੱਗਣ ਦਿਆ, ਮੈਨੂੰ ਉਹ ਪਾਉਂਦਾ ਇਹੋ ਜਿਹਾ। ਅੱਛਾ ਇਹ ਨਹੀਂ, ਤੁਸੀਂ ਮਹਾਰ ਹੈ ਮੈਨੂੰ ਅੱਛਾ ਮਾਲ ਜਿਹੜਾ। ਨਹੀਂ ਅੱਛਾ ਹੀ ਹੈ ਸਾਰੇ। ਇਹ ਦੇਖੋ ਇਹ ਤੁਹਾਨੂੰ ਦੱਸਿਆ ਵਾ ਕਿ ਸਾਰੇ ਵਧੀਆ, ਸਾਡੇ ਕੋਲ ਚਸਟਰ ਹੈਗੇ ਆ, ਸਾਰਾ ਇੰਪੋਰਟਡ ਮਾਲ ਹੈਗਾ ਵਾ, ਇੱਕ ਨੰਬਰ। ਲੰਡੇ 'ਚ ਵੀ ਭਾਅ ਜੀ 1-2 ਨੰਬਰ 3 ਨੰਬਰ ਮਾਲ ਆਉਂਦਾ ਵਾ, ਬ੍ਰਾਂਡਡ ਹੁੰਦੇ ਆ ਨਾ ਇਹ ਸਾਰੇ, ਪਿਓਰ ਬ੍ਰਾਂਡਡ ਚੀਜ਼ਾਂ ਵਾ। ਇੱਕ ਕਿਹੜਾ ਬ੍ਰਾਂਡ ਆ, ਇਹ ਕੀ ਲਿਖਿਆ? ਇਹ ਤੁਸੀਂ ਪੜ੍ਹੋ ਵੀ ਇਹਦੇ ਸ਼ਾਈਨਲੀ ਦਾ। ਸ਼ਾਈਨਲੀ ਦਾ? ਹਾਂਜੀ। ਤੇਰੇ ਤਾਂ ਸ਼ਾਈਨਲੀ ਨਹੀਂ ਆ ਰਹੀ। ਇਹ ਵੀ ਅੱਛਾ। ਇਹ ਦੇਖੋ ਭਾਅ ਨਾ, ਇਹ ਦੇਖੋ ਤੁਸੀਂ, ਇਹ ਛੱਡ ਦਿਓ ਜੇ। ਕਿਉਂ? ਇਹ ਦੇਖੋ ਪਾ ਕੇ ਚਸਟਰ ਨਾ, ਇਹ ਤੁਹਾਡੇ ਨਾਪ ਦਾ ਹੈਗਾ ਬਿਲਕੁਲ। ਅੱਛਾ ਜੀ ਭਾਅ ਜੀ, ਇਹਦੇ ਨਾਲ ਦੇ ਤੁਹਾਨੂੰ ਬਟਨ ਪੂਰੇ ਪਾਕਿਸਤਾਨ 'ਚੋਂ ਬਟਨ ਹੀ ਨਹੀਂ ਲੱਭਣੇ। ਤਾਂ ਫਿਰ ਫਾਇਦਾ ਕੀ? ਮੈਂ ਜੇ ਲੱਭਣਾ ਹੀ ਨਹੀਂ ਇੱਥੋਂ, ਕੋਈ ਟੁੱਟ ਗਿਆ ਮੈਂ ਕਿੱਥੇ ਲੱਭਦਾ ਫਿਰਾਂਗਾ? ਹੋਰ ਕੋਈ ਵਹਾ? ਉਹ ਮੇਰਾ ਮਕਸਦ ਇਹ ਆ ਵੀ ਐਡੇ ਅੱਛੇ ਇੰਪੋਰਟਡ ਜਿਹੜੇ ਆ ਨਾ ਯਾਰ, ਟੁੱਟ ਕੇ ਡਿੱਗ ਪੈਗਾ। ਤੂੰ ਕਹਿੰਦਾ ਪਾਕਿਸਤਾਨ 'ਚੋਂ ਲੱਭਣੇ ਨੇ, ਮੁੜ ਕੇ ਮੈਂ ਬਟਨ ਲੈਣ ਲਈ ਮੇਰੇ ਅਮੈਰੀਕਾ ਜਾਵਾਂ? ਉਹ ਨਹੀਂ, ਮਕਸਦ ਇਹ ਹੁੰਦਾ ਵੀ ਅੱਛਾ ਹੋਵੇ ਭਾਈ। ਉਹ ਦਹਾ ਜਿਹੜੇ ਪਾਕਿਸਤਾਨ ਨੂੰ ਲੱਭ ਜਾਂਦੇ ਆ ਉਹ ਭਾਈ, ਪਾ ਕੇ ਤੇ ਦੇਖ ਆ, ਲਾ ਪਹਿਲਾਂ ਕੀ ਆ ਪੂਰਾ ਕਰ, ਇਹਦੇ ਉੱਤੋਂ ਹੀ ਪਾ। ਉਹ ਯਾਰ ਆਪ ਪਾ, ਤੈਨੂੰ ਆਫਿਸ ਭੇਜਣ ਡਿਆ ਮੈਂ, ਤੇਰੀ ਬੇਗਮ ਆ ਵੀ ਮੈਂ ਤੈਨੂੰ ਆਪ ਪਵਾਂ। ਉਹ ਯਾਰ ਤੂੰ ਵੇਚਣਾ ਨਹੀਂ, ਕਸਟਮਰ ਆ ਤੇਰਾ ਮੈਂ, ਤੂੰ ਪੈਸੇ ਕਮਾਉਣੇ ਆ, ਪਾ ਪਾ ਇਹਨੂੰ, ਤੂੰ ਆਪ ਪਾ। ਨਹੀਂ ਇੰਜ ਕੋਟ, ਕੋਟ ਦਾ ਮਕਸਦ ਹੀ ਇੰਜ ਆ ਕੇ ਇੰਜ ਪਵੇ। ਪੈਸਾ ਕੰਮ ਆ ਯਾਰ, ਤੂੰ ਕੋਟ ਪੈਂਦਾ ਹੀ ਇੰਜ ਆ। ਭਾਜੀ ਅੱਛਾ ਲੱਗਾ ਤੇ, ਲੇਕਿਨ ਲੱਗਣਾ ਇੱਥੋਂ ਤੰਗ ਆ। ਕੋਈ ਨਹੀਂ, ਇੱਥੋਂ ਖੋਲ ਲਿਆ ਕਰੇ, ਐਂ ਕਰਕੇ ਨਾ ਉਹ ਮਾੜਾ ਜਿਹਾ ਖੋਲ ਜਾਂਦਾ ਵਾ ਇੱਦਾਂ। ਯਾਰ ਜੇਬਾਂ ਨਾ ਭਾ, ਉਹ ਜੇਬਾਂ ਨਾ ਫੋਲ, ਤੂੰ ਅੰਦਰ ਕੀ ਰੱਖਿਆ? ਮੈਂ ਪਤਾ ਕੀ ਹੈ, ਪਿਛਲੀ ਵਾਰੀ ਮੈਂ ਗਿਆ ਸੀ ਲੰਡੇ ਆ, ਉਹ ਜਿਹੜਾ ਨਹੀਂ ਲਾਹੌਰ ਸਟੇਸ਼ਨ ਦੇ ਕੋਲ, ਹਾਂਜੀ, ਉੱਥੇ ਮੈਂ ਜੇਬਾਂ ਫੋਲੀਆਂ ਤਾਂ ਮੇਰੇ ਵਿੱਚੋਂ ਡਾਲਰ ਨਿਕਲੇ। ਯਾਰ ਤੂੰ ਫਾਦ ਮੁਸਤਫਾ ਦੇ ਗਿਆ ਸੀ ਸ਼ੋਅ ਦੇ, ਤੇਰੇ ਡਾਲਰ ਨਿਕਲ ਆਏ, ਓਵਨ ਨਿਕਲ ਆਇਆ ਤੈਨੂੰ ਲੰਡੇ 'ਚੋਂ, ਜਾਂ ਫਰਿੱਜ ਨਿਕਲ ਆਈ? ਉਹ ਨਹੀਂ ਯਾਰ ਭਾਈ, ਪਤਾ ਨਿਕਲ ਆਉਂਦੇ ਨੇ, ਤਾਂ ਸਾਨੂੰ ਨਹੀਂ ਕਦੀ ਲੱਭੇ। ਨਹੀਂ ਇੱਥੇ ਨਹੀਂ ਭਾਈ, ਕੋਈ ਕੁਛ ਨਹੀਂ ਨਿਕਲਦਾ ਇੱਥੇ। ਤੁਸੀਂ ਦੱਸੋ ਤੁਹਾਨੂੰ ਇਹਨਾਂ 'ਚੋਂ ਕਲਰ ਕਿਹੜੇ ਪਸੰਦ ਆ, ਦੇਖ ਲਓ। ਇਹ ਕਲਰ ਸਾਰੇ ਲੱਗੇ ਹੈ, ਪਲਾਸਕਲ ਹੀ ਰੱਖਿਆ, ਕੋਟ ਕੱਸ ਦੇ ਇਹਦੇ ਨਾਲ, ਇਹ ਵੀ ਲੰਡੇ ਦਾ? ਉਹ ਨਹੀਂ ਯਾਰ, ਇੱਥੇ ਦਾ ਹੀ ਆ।
दसो इन्हों चों किहड़ा तुहानूं चस्टर दवां। ओह देख लो ब्लैक देख लवो। आहो ओह लाओ हुण इह जिहड़ा। हाँ जी जिथों मर्जी साडा पुछ लैणा, किसी ने नहीं दसना। दियो सेल भाई की दुकान जिहड़ी है ना। हाँ जी इहदे च करोना शरोना तो नहीं गा? ਨਹੀਂ ਨਹੀਂ ਕਰੋਨਾ ਬਾਹਰੋਂ ਆਇਆ ਨਾ, ਬਾਹਰੋਂ ਹੀ ਆ ਰਿਹਾ ਇਸ ਵੇਲੇ ਕਰੋਨਾ ਆਉਂਦਾ ਹੀ ਬਾਹਰੋਂ। ਯਾਰ ਹੁਣ ਤਾਂ ਬਾਹਰ ਵੀ ਆਉਂਦਾ, ਇੱਕ ਤੂੰ ਲੈਣੀ ਵੀ ਲੰਡੇ ਦੀ ਸ਼ੈਬ ਆ, ਉੱਤੋਂ ਵੈਕਸੀਨੇਸ਼ਨ ਤੇਰੀ ਕਰਾ ਲਈਏ ਪਹਿਲਾਂ ਜਾਂ ਕੋਟ ਦੀ ਕਰਾ ਲਈਏ। ਜਾਂ ਕੋਟਾਂ ਨੂੰ ਨਾ ਥੋੜ੍ਹਾ ਥੋੜ੍ਹਾ ਤੁਸੀਂ ਨਾ ਸੈਨੀਟਾਈਜ਼ਰ ਲਾ ਕੇ ਰੱਖੋ, ਤਾਂ ਕਿ ਇਹਦੇ ਵਿੱਚ ਜਿਹੜੇ ਹੁਣ ਜਰਾਸੀਮ ਮਰ ਜਾਣ, ਕਰੋਨਾ ਮਰ ਜਾਏ। ਉਹ ਭਾਈ ਕਰੋਨਾ ਤਾਂ ਹੁਣ ਵੈਸੇ ਖਤਮ ਹੋ ਗਿਆ ਵਾ। ਕੌਣ ਕਹਿੰਦਾ, ਹੁਣ ਤਾਂ ਨਵੀਂ ਲਹਿਰ ਆ ਗਈ ਆ ਤੇਰੀ ਨਸਲ ਦੀ, ਪਤਾ ਨਹੀਂ ਕੀ ਉਹਦਾ ਨਾਂ ਰੱਖਿਆ ਉਹਨਾਂ ਨੇ। ਪਾਓ ਪਵਾਓ। ਉਹ ਯਾਰ ਪਾਓ ਕੀ, ਤੂੰ ਮਜ਼ਦੂਰ ਆ ਤੂੰ ਯਾਰ, ਪੈਸੇ ਤੈਨੂੰ ਨਹੀਂ ਦੇਣੇ। ਤੂੰ ਪੈਸੇ ਦੇਣੇ ਆ, ਤੂੰ ਤਾਂ ਐਂ ਜਿਵੇਂ ਦੁਲਾ ਤਿਆਰ ਹੋਣ ਆਇਆ, ਤੈਨੂੰ ਸਾਰੀਆਂ ਛਾਵਾਂ ਮੈਂ ਪਵਾਵਾਂ। ਆਪਾਂ ਫੜ ਤੇ ਇੰਜ ਰੱਖ ਰੱਖ ਤੇ ਸਹੀ ਹੈ ਐਵੇਂ। ਓਕੇ ਬੱਚੋ ਕੋ ਸਲਾਹ ਦੇਣਾ, ਮੈਂ ਸ਼ਾਮ ਕੋ ਲੇਟ ਆਊਂਗਾ। ਓ ਹੈਲੋ, ਮੈਂ ਵੈਸੇ ਗਿਆ ਯਾਰ। ਵੈਸੇ ਕਿਉਂ? ਇੱਦਾਂ ਕਹਿੰਦੇ ਨਹੀਂ ਕੋਟ ਪਾ ਕੇ? ਉਹ ਕਹਿੰਦੇ ਹੁਣੇ ਆ, ਪਰ ਬਰਲ ਦੇਖ ਲਓ ਜੇ ਤੁਹਾਨੂੰ ਠੀਕ ਆ ਤੇ। ਯਾਰ ਇਹ ਥੋੜ੍ਹਾ ਜਿਹਾ ਖੁੱਲ੍ਹਾ ਵਾ, ਵੇਖ ਨਾ ਇਹਦੇ ਐਵੇਂ। ਉਹ ਯਾਰ ਹੁਣ ਤੇਰਾ ਸਟਰਕਚਰ ਹੀ ਇੰਜ ਦਾ ਵਾ, ਤੈਨੂੰ ਕੋਈ ਸ਼ਾਇਦ ਖੁੱਲ੍ਹੀ ਆਉਂਦੀ, ਕੋਈ ਤੈਨੂੰ ਤੰਗ ਆਉਂਦੀ ਹੈ। ਨਹੀਂ ਇਹ ਤਾਂ ਯਾਰ ਜੇਬਾਂ ਭਾ ਨਾ ਫੋਲ, ਜੇਬਾਂ ਨਾ ਫੋਲ, ਬੰਬ ਪਾਇਆ ਹੋਵੇ ਫਿਰ ਕੋ ਹੈ ਨਹੀਂ ਉੱਥੇ ਬੈਠਾ ਨਹੀਂ ਦਰਜ਼ੀ, ਜ਼ਰਾ ਇਹਨੂੰ ਸੈੱਟ ਕਰ ਦੇਵੇ। ਉਹ ਯਾਰ ਇਹ ਸੈੱਟ ਕਰਾ ਦਿੰਦੇ ਹਾਂ, ਲੇਕਿਨ ਆਹ ਦੇਖ ਨਾ ਕੀ ਹੈ ਇਹਨੂੰ, ਇਹਦੇ 'ਚ ਤਾਂ ਮੇਰੇ ਵਰਗੇ ਤਿੰਨ ਆ ਜਾਣੇ ਨੇ। ਆਹ ਵੇ ਇਹ ਕਿੱਥੇ ਜਾ ਰਿਹਾ, ਕਿੱਥੇ ਜਾ ਰਿਹਾ? ਆਪ ਤੂੰ ਐਡਾ ਫਿਟਿੰਗ ਵਾਲਾ ਪਾਇਆ, ਸਾਨੂੰ ਤੂੰ ਖੁੱਲ੍ਹੇ ਖੁੱਲ੍ਹੇ ਦੇਈ ਜਾਂਦਾ। ਮੈਨੂੰ ਲੱਗਦਾ ਭਾਵੇਂ ਤੁਹਾਨੂੰ ਕੁਛ ਹੈ ਨਹੀਂ। ਉਹ ਯਾਰ ਜੇਬ ਨਾ ਫੋਲ ਭਾ, ਜੇਬ ਨਾ ਫੋਲ। ਉਹ ਯਾਰ ਕੀ ਹੋਇਆ, ਜੇਬ ਅੱਲਾ ਰਹਿਮ ਕਰੇ, ਇਹਨੂੰ ਹੱਥ ਪਿੱਛੇ ਰੱਖ ਯਾਰ। ਯਾਰ ਕੋ ਹੋਰ ਦਿਖਾ ਦੇ, ਚਲੋ ਹੋਰ ਦਿਖਾ ਦੇ। ਕਲਰ ਹੈ ਨਹੀਂ ਕੋਈ ਇੱਦਾਂ ਦਾ ਕਲਰ, ਕੋਈ ਨਹੀਂ ਇਹ ਲਾ ਦੇ ਤੂੰ, ਇਹ ਅੱਛਾ ਮੈਨੂੰ ਲੱਗ ਰਿਹਾ। ਉਹ ਭਾਈ ਇਹ ਤਾਂ ਮੇਰੇ ਕਜ਼ਨ ਦੀ ਸ਼ਾਦੀ ਹੈ ਫੈਸਲਾਬਾਦ, ਮੈਂ ਉੱਥੇ ਪਾ ਕੇ ਜਾਣਾ ਵਾ, ਮੈਂ ਆਪ ਤਾਂ ਕੱਢਿਆ ਵਾ। ਫੈਸਲਾਬਾਦ ਇੰਨੀ ਬਰਫ਼ ਪੈਂਦੀ ਹੈ, ਤੂੰ ਉੱਥੇ ਜਾਣਾ? ਨਹੀਂ ਫੈਸਲਾਬਾਦ ਵਾਕਈ ਇੱਦਾਂ ਦੇ ਹੀ ਪਾਏ ਹੁੰਦੇ ਲੋਕਾਂ ਨੇ। ਉਹ ਜਿਹੜਾ ਵਲੀਮੇ 'ਤੇ ਅੱਛਾ ਲੱਗਦਾ ਜਿਹੜਾ ਬੰਦਾ ਜਦੋਂ ਮਾਰ ਕੇ ਵੜਦਾ ਨਾ, ਆਹੋ ਆਹੋ, ਅਗਲਾ ਕਹਿੰਦਾ ਅਮੀਰ ਆਦਮੀ ਆ ਕੋਈ। ਅਮੀਰ ਆਦਮੀ ਨਹੀਂ, ਅਮੀਰ ਆਲਮ। ਇਹ ਦੇ ਇਹ ਲਾ ਦੇ। ਹਾਂ ਇਹ ਨਹੀਂ ਭਾਈ, ਮੈਂ ਤਾਂ ਆਪਣੇ ਲਈ ਕੱਢਿਆ ਵਾ, ਬੜੀ ਮੁਸ਼ਕਲ। ਇਹ ਦੇ ਚੈੱਕਦਾਰ, ਇਹ ਕੱਢ। ਅਤੇ ਭਾਅ ਜੀ ਇਹ ਸਾਰਾ ਲੰਡਾ ਕਿੱਥੋਂ ਕਿੱਥੋਂ ਆਉਂਦਾ? ਕਿੱਥੋਂ ਕਿੱਥੋਂ ਕੀ ਆਉਂਦਾ ਵਾ, ਅਮੈਰੀਕਾ 'ਚੋਂ ਹੀ ਆਉਂਦਾ ਜ਼ਿਆਦਾ? ਨਹੀਂ ਹੋਰ ਮੁਲਕਾਂ ਦੇ ਵੀ ਹੈ ਨਾ, ਚਾਈਨਾ ਦਾ ਵੀ ਹੈ ਵਾ, ਇੰਗਲੈਂਡ 'ਚੋਂ ਵੀ ਆਉਂਦਾ ਵਾ, ਯੂਰਪ 'ਚੋਂ ਵੀ ਆਉਂਦਾ। ਹਾਂ ਉਹ ਯੂਰਪ ਹੀ ਆ ਉਹ ਸਾਰਾ। ਨਹੀਂ ਨਹੀਂ ਆ ਦਿਆ ਤੈਨੂੰ ਆਵਾ ਵਾ, ਚੰਗਾ ਲੱਗਿਆ ਭਾਵੇਂ ਤਮਾਸ਼ਾ ਕਰ ਲਈ ਸਿਰ 'ਚ ਪਾ ਕੇ ਨਾ। ਯਾਰ ਇਹ ਕੁਛ ਸਹੀ ਨਹੀਂ ਲੱਗ ਰਿਹਾ। ਉਹ ਯਾਰ ਕੋਈ ਭਾ ਤੂੰ ਕੋਈ ਇੱਕ ਸ਼ਾਇਦ ਪਸੰਦ ਵੀ ਕਰ ਲਾ, ਸੁਬਹਾ ਸੁਬਹਾ ਦਾ ਟਾਈਮ ਆ, ਤੂੰ ਤਾਂ ਬਹਿਸ 'ਚ ਹੀ ਪੈ ਗਿਆ ਵੀ ਤੈਨੂੰ ਕਿੰਨੀਆਂ ਚੀਜ਼ਾਂ। ਬਿਲੂ ਉਹ ਯਾਰ ਆਪ ਕਿਉਂ ਐਡਾ ਤੂੰ ਦੁਕਾਨਦਾਰ ਬਣੀ ਜਾਂਦਾ ਵਾ, ਸਾਡੀ ਸੈਟਿੰਗ ਕੀਤੀ ਅਸੀਂ ਐਡੀ ਮੁਸ਼ਕਲ। ਇਹ ਨਹੀਂ ਤੂੰ ਦਿਖਾ ਰਿਹਾ, ਇਹ ਇਹ ਦੇ, ਇਹ ਲੇਡੀਜ਼ ਲੱਗਣ ਦਿਆ ਮੈਨੂੰ। ਤੂੰ ਬੜਾ ਜੈਂਟਸ ਲੱਗਣ ਡਿਆ ਮੈਨੂੰ। ਤੈਨੂੰ ਤਾਂ ਨਹੀਂ ਠੰਡ ਲੱਗਦੀ ਹੋਣੀ, ਤੂੰ ਤਾਂ 24 ਘੰਟੇ ਲੰਡੇ 'ਚ ਹੀ ਰਹਿੰਦਾ, ਤੈਨੂੰ ਕੀ ਲੱਗਣੀ ਠੰਡ? ਭਾਈ ਲੱਗਦੀ ਆ, ਕਿਹਨੂੰ ਨਹੀਂ ਲੱਗਦੀ ਠੰਡ? ਅੱਗੋਂ ਆਉਣੀ ਆ ਭਾਅ ਜੀ। ਯਾਰ ਜੇਬਾਂ ਨਾ ਫੋਲ ਭਾ, ਤੇਰਾ ਦਿਮਾਗ ਖਰਾਬ ਆ ਤੇਰਾ। ਤੈਨੂੰ ਕਹਿਣ ਡਿਆ ਜਦੋਂ ਲੈ ਲਏਗਾ ਨਾ, ਇਹਨੂੰ ਘਰ ਜਾ ਕੇ ਜੋ ਮਰਜ਼ੀ ਕਰ ਲਈ, ਤਲਾਸ਼ੀ ਲੈ ਲਈ ਜਾਮਿਆਂ ਇਹਦੀ। ਯਾਰ ਜਦੋਂ ਜੇਬਾਂ 'ਚ ਹੈ ਹੀ ਕੁਛ ਨਹੀਂ ਤਾਂ ਮੈਂ ਮਤਲਬ ਕੀ ਹੈ? ਹੋਵੇ ਨਾ ਹੋਵੇ, ਜਦੋਂ ਤੈਨੂੰ ਪੀਸ ਦੇ ਦਾਂਗੇ ਨਾ, ਇਹਦੇ ਪੈਸੇ ਭਰ ਦੇਗਾ, ਅੱਜ ਫਿਰ ਫੋਲ ਨਹੀਂ ਜੇਬਾਂ। ਐਲਾ ਭਾ ਇਹ ਫੜ ਯਾਰ। ਕੀ ਫੜਾਂ? ਇਹ ਪਵਾ ਨਾ ਮੈਨੂੰ। ਉਹ ਯਾਰ ਤੂੰ ਇਨਕਮ ਟੈਕਸ ਅਫੀਸਰ ਆ, ਮੈਂ ਤੈਨੂੰ ਪਵਾਵਾਂ? ਲੰਡੇ 'ਚ ਤੂੰ ਸ਼ੈ ਲੈਣ ਆਇਆ ਵਾ, ਤੂੰ ਮੈਂ ਤੈਨੂੰ ਕੋਲ ਯਾਰ ਗਾਹ ਨੂੰ ਪਵਾ ਕੇ ਨਹੀਂ ਦੇਖਦੀ ਆ, ਟਰਾਈ ਰੂਮ ਤੇਰੇ ਕੋਲ ਹੈ ਕੋਈ ਨਹੀਂ ਇੱਥੇ, ਤੇਰੀਆਂ ਬਾਹਾਂ ਵੱਡੀਆਂ ਵਾ, ਠਾਕਰ ਆ ਤੂੰ। ਇਹ ਪਵਾ ਨਾ ਆਪ ਐਲ। ਕੈਸਾ ਯਾਰ ਸੁਬਹ ਹੀ ਸੁਬਹ, ਕੋਈ ਪੈਸਾ ਨਹੀਂ ਵੱਟਿਆ ਜੇ ਮੱਥੇ ਲੱਗਣਾ ਵਾ। ਇਹ ਸਹੀ ਹੈ, ਇਹ ਕੁਛ ਬਿਹਤਰ ਲੱਗਦਾ ਮੈਨੂੰ। ਯਾਰ ਜੇਬਾਂ ਭਾ ਨਾ ਫੋਲ, ਹੈਲੋ ਜੇਬਾਂ ਨਾ ਫੋਲ ਭਾ। ਯਾਰ ਤੇਰੀ ਛੇੜ ਆ ਜੇਬਾਂ। ਨਹੀਂ ਨਹੀਂ ਜੇਬਾਂ ਤੈਨੂੰ ਕਿਹਾ ਵਾ ਵੀ ਜਦੋਂ ਉਹ ਮੇਰੀ ਆਪਣੀ ਆ, ਮਰੇ ਮੈਂ ਆਪਣੀ ਛੂ ਨਾ ਹੱਥ ਪਾਵਾਂ। ਕੀ ਹੋ ਗਿਆ ਤੈਨੂੰ? ਹਾਂ ਹੁਣ ਤੁਹਾਨੂੰ ਠੀਕ ਹੈ? ਅੱਛਾ ਉਹ ਕੋਟ ਦੇਖੋ, ਹਾਂ ਚੈੱਕਦਾਰ ਜਿਹੜਾ। ਇਹ ਦੇ ਦਿਓ ਭਾਅ ਜੀ, ਇਹ ਹੀ ਠੀਕ ਆ। ਹਾਂਜੀ ਮੈਂ ਚੈੱਕ ਕਰ ਲਿਆ, ਇਹ ਹੀ ਠੀਕ ਆ। ਇਹ ਕਿੰਨੇ ਦਾ? ਇਹ ਭਾਅ ਜੀ 1500 ਰੁਪਏ ਦਾ। ਘੱਟ ਘੱਟ ਕਰੋ, 1500 ਦਾ ਯਾਰ ਲੰਡਾ ਵਾ, ਕੀ ਹੋ ਗਿਆ? ਅਤੇ ਤੂੰ ਮੈਂ ਲੰਡੇ 'ਚ ਆਇਆ, ਮੈਂ ਤਾਂ ਤੂੰ ਕਹਿਣ ਡਿਆ ਤੂੰ ਪੈਨੋਰਾਮਾ ਆ। ਯਾਰ ਮੈਂ 1500 ਨਹੀਂ ਇਹਦਾ, ਮੈਂ ਤੈਨੂੰ ਦਿਆਂਗਾ 300 ਰੁਪਈਆ। ਯਾਰ ਬੜਾ ਅੱਧੋ ਅੱਧੀ ਦਾ ਫਰਕ ਪਾਇਆ ਇਹ ਵੀ, ਹੈਂ
300 ठीक है यार, उतो तो तुम फ्री आंदा है। केड़ा फ्री दा फुफी है साडी उधर अमेरिका, अमदाद नहीं भेजदे पाकिस्तान लई, सलाब जदगान है जड़ी उन्होंने अमदाद ही आंदी है जड़ी दुकानदारी है, लखां दा माल पिया साडा इत्थे, लखां दा तू कित्थों देदा अमदाद आई तैनू, तू भी अगे दे चलो मैं तैनू 300 दे रहा। ਕਿਹੜੀ ਅਮਦਾਦ ਆ ਗਈ ਸਾਨੂੰ? ਓਏ ਪਾਕਿਸਤਾਨ ਗਰੀਬ ਮੁਲਕ ਆ, ਤੈਨੂੰ ਇਹ ਨਹੀਂ ਪਤਾ ਵੀ ਉੱਥੋਂ ਭੇਜਦੇ ਅਗਲੇ ਅਮਦਾਦ ਹੀ ਭੇਜਦੇ ਕਿ ਮੁੱਲ ਭੇਜਦੇ? ਅਤੇ ਤੂੰ ਉਹਨਾਂ ਨੂੰ ਡਾਇਰੈਕਟ ਆਪਣਾ ਐਡਰੈਸ ਦੇ ਦੇ, ਤੈਨੂੰ ਘਰ ਹੀ ਭੇਜ ਦੇਣ। ਚਲੋ ਇਹਦਾ ਫਿਰ ਤੂੰ ਨਾ 500 ਰੁਪਈਆ ਲੈ ਲਾ ਯਾਰ। 500 ਨਹੀਂ ਭਾਈ ਇਹਦਾ, ਹਾਂ 1200 ਰੁਪਈਆ ਲੱਗਣਾ ਇਹਦਾ ਐਂਡ ਲਾਸਟ ਜੇ ਲੈਣਾ ਤੇ। ਨਹੀਂ ਯਾਰ ਨਹੀਂ ਇਹ ਨਹੀਂ, ਮੈਂ ਹੋਰ ਵੀ ਸ਼ੈਵਾਂ ਲੈਣੀਆਂ, ਤੂੰ ਇੱਕੋ 'ਤੇ ਰੱਫੜ ਪਾ ਕੇ ਬਹਿ ਗਿਆ। ਅਤੇ ਭਾਜੀ ਸਾਡੇ ਕੋਲ ਨਾ ਇੰਪੋਰਟਡ ਮਾਲ ਹੁੰਦਾ ਵਾ, ਇਹਨੂੰ ਉਹ ਤਾਂ ਨਹੀਂ ਲੱਗਾ ਉਹ ਜਿਹੜਾ ਇਟਲੀ ਦਾ, ਸਮਝਦੇ ਹੋ ਨਾ? ਤੂੰ ਆਪ ਜਾ ਕੇ ਲਿਆ, ਜਿੱਥੇ ਮਰਜ਼ੀ ਪੁੱਛ ਲਿਓ, ਗੋਗੇ ਦੀ ਦੁਕਾਨ ਆ ਅਤੇ ਸੇਲ ਮਤਲਬ ਸੇਲ ਦੀ। ਨਹੀਂ ਤਾਂ ਇਟਲੀ ਫਰਾਂਸ ਤੂੰ ਆਪ ਜਾਂਦਾ ਉੱਥੇ ਲੈਣ, ਉਹ ਹੀ ਭੇਜਦੇ ਇੱਥੇ, ਉਹ ਭੇਜਦੇ, ਅਸੀਂ ਪੈਸੇ ਦਿੰਦੇ ਹਾਂ ਅਤੇ ਭੇਜਦੇ ਆ, ਕੰਟੇਨਰ ਆਉਂਦੇ ਆ ਫਿਰ ਉੱਥੇ ਡਰਾਈ ਬੋਰਡ ਤੋਂ ਅਸੀਂ ਅੱਗੇ ਉਹਨਾਂ ਕੋਲ ਲੈ ਲੈਂਦੇ ਹਾਂ। ਯਾਰ ਇਹ ਪਾਕਿਸਤਾਨ ਦੇ ਵਿੱਚ ਨਾ ਇਹਦੇ ਨਾਲ ਕੋਈ ਮਫਰਲ ਵੀ ਦੇ ਸੈਟਿੰਗ, ਜਿਹੜੇ ਮਫਰਲ ਅੱਛਾ ਜਿਹਾ ਇਹਦੇ ਅੰਦਰ ਇੰਝ ਕਰਕੇ। ਉਹ ਯਾਰ ਏਡਾ ਨਾ ਰੈਂਬੋ ਬਣ, ਤੂੰ ਲੰਡੇ 'ਚ ਆਇਆ ਅਤੇ ਤੈਨੂੰ ਮਫਰਲ ਵੀ ਦੇਵਾਂ ਇੱਥੇ, ਹੈਂ ਤੇ ਤੂੰ ਬਰਫ਼ 'ਤੇ ਸੀਨ ਕਰੇ ਐਂ ਫਿਰਦਾ ਫਿਰਦਾ। ਯਾਰ ਮੈਂ ਪੈਸੇ ਦੇਣੇ, ਮੈਂ ਜਿਹੜੀ ਮਰਜ਼ੀ ਚੀਜ਼ ਲਵਾਂ। ਨਹੀਂ ਵੀ ਤੂੰ ਇਹਦਾ ਤਾਂ ਪਹਿਲਾਂ ਭਾਅ ਕਰ ਲੈ। ਇਹ ਅੱਛਾ ਮੈਨੂੰ ਲੱਗ ਰਿਹਾ ਤੂੰ ਉਹ ਚਿੱਟੀ ਫਰਾਕ ਪਾ ਗਿਆ। ਲੈ ਪਾ ਕੇ ਆਵਾਂ ਮੈਂ, ਗਾਣਾ ਕਰ ਲਾ ਮੈਂ। ਨਹੀਂ ਉਹ ਸ਼ਾਦੀਆਂ ਵਾਲੀ ਨਾ ਜਿਹੜੀ, ਉਹ ਆਹੋ ਲੇਡੀਜ਼ ਵਾਸਤੇ ਆ ਉਹ, ਤੇ ਉਹ ਮੇਰਾ ਖਿਆਲ ਉਹ ਬਰਾਈਡਡ ਆ, ਬਰਾਈਡਲ ਹੁੰਦਾ ਵਾ ਬਹੁ, ਉਹ ਹੀ ਬਰਾਈਡਲ ਉਹ ਪਾ ਕੇ ਆਹ ਭਲਾ। ਮੈਂ ਕਿਉਂ ਪਾਵਾਂ ਬਹੁ? ਨਹੀਂ ਮੈਂ ਇੱਕ ਸੈਲਫੀ ਲਵਾਉਣੀ ਤਰ ਰਿਹਾ, ਬਾਂਹ 'ਚ ਬਾਂਹ ਪਾ ਕੇ ਨਾ ਇੱਥੇ। ਨਹੀਂ ਉਹ ਤਾਂ ਉਹ ਸ਼ਾਦੀਆਂ ਸ਼ੁਦੀਆਂ ਹੁੰਦੀਆਂ ਨਾ ਉੱਧਰ ਅਮੈਰੀਕਾ 'ਚ, ਉਹ ਹੀ ਪਾਉਂਦੇ ਆ। ਚਲੋ ਫਿਰ ਇਹਦੇ ਦੱਸੋ ਭਾਅ ਜੀ ਕਿੰਨੇ ਪੈਸੇ ਲੈਣੇ? ਭਾਈ 1500 ਰੁਪਈਆ ਦੱਸ ਸਕਦੇ, ਲਾਸਟ 1200 ਰੁਪਈਆ ਹੋਣਾ ਜੇ ਤੁਸੀਂ ਲੈਣਾ ਤਾਂ। ਇੱਕੋ ਹੀ ਗੱਲ ਕਰਦੇ ਹਾਂ, 550 ਇੱਕੋ ਗੱਲ ਹਜ਼ਾਰ ਹੀ ਕਰੀ ਨਾ, 550 ਰੁਪਈਆ ਲੈ ਲਓ। ਨਹੀਂ ਭਾਈ ਵਾਰਿਸ਼ ਨਹੀਂ ਹੈਗਾ, ਲਾ ਦਿਓ ਹੈਂ, ਲਾ ਦਿਓ। ਤੂੰ ਕਿੰਨੇ ਆ ਐਂਡ 'ਤੇ ਕਰ, 600 ਲੈ ਲਾ। ਨਹੀਂ ਕੋਈ ਨਹੀਂ, 600 ਲਾ ਦੇ ਭਾਈ। ਯਾਰ ਕੀ ਹੋ ਗਿਆ ਤੈਨੂੰ, ਕਿਉਂ ਖਿੱਚਣ ਦਿਆ ਤੂੰ? ਇਹ ਕਿੰਨੇ ਦਾ? 1000 ਰੁਪਏ ਦਾ। ਉਹ ਯਾਰ ਜੇਬਾਂ 'ਤੇ ਨਾ ਫੋਲ ਭਾ, ਜੇਬਾਂ ਨਾ ਫੋਲ ਮੇਰਾ ਯਾਰ। ਜੇਬਾਂ ਤੂੰ ਵਿੱਚ ਕੀ ਰੱਖਿਆ? ਜੇਬਾਂ ਤੋਂ ਹੀ ਹਟਾਈ ਜਾਣਾ ਕਿ ਅੰਦਰ ਜ਼ਾਫਰਾਨ ਪਿਆ ਜਾਂ ਕਾਜੂ ਰੱਖਿਆ ਤੂੰ? ਇਹ ਚੋਕਲੇਟਾਂ ਪਈਆਂ ਤੇਰੀਆਂ ਜਿਹੜੀ ਤੂੰ ਖਾਣਾ, ਮਿੰਟ ਬਾਅਦ ਤੇਰੀ ਸ਼ੂਗਰ ਲੋਅ ਹੋ ਜਾਂਦੀ ਹੈ। ਬਾਹਰੋਂ ਮਾਲ ਆਇਆ ਮੈਂ ਤੈਨੂੰ ਦੱਸਿਆ। ਚੱਲ ਇਹਦਾ ਲੈ ਲਾ ਪਾਸੀ, ਆ 700 ਰੁਪਈਆ ਠੀਕ ਆ ਭਾਜੀ ਲਾਸਟ। ਯਾਰ ਸੇਲ ਸਾਹਿਬ ਇੱਧਰ ਆਓ ਯਾਰ, ਕੀ ਬੰਦਾ ਰੱਖਿਆ ਯਾਰ, ਇਹਨੂੰ ਤਾਂ ਗਾਹਕ ਨਾਲ ਗੱਲ ਹੀ ਨਹੀਂ ਕਰਨੀ ਆਉਂਦੀ। 1500 ਰੁਪਈਆ ਰੇਟ ਮੈਂ ਦੱਸਿਆ, ਮੈਂ 700 ਕਹਿਤਾ। ਨਹੀਂ ਦੇਖੋ ਭਾਅ ਜੀ ਇੰਨਾ ਨਹੀਂ ਹੁੰਦਾ, ਘੱਟ ਕਰ ਰਹੇ ਉਸਤਾਦ ਜੀ। ਪਹਿਲਾਂ ਪਹਿਲਾਂ ਗਾਹਕ ਬਿਸਮਿਲਲਾ ਕਰੋ, ਤੁਸੀਂ ਕਿਉਂ ਬਹਿਸ? ਉਹ ਬਿਸਮਿਲਲਾ ਕਰੇ, ਉਹਨੇ ਕਦੀ ਕੀਤੀ ਵੀ ਆ ਕਿ ਨਹੀਂ? ਪਹਿਲਾਂ ਗਾਹਕ ਅੱਲਾ ਦੀ ਰਹਿਮਤ ਹੁੰਦੀ ਹੈ, ਪੌਣੀ ਕਰੀ ਦੀ ਹੁੰਦੀ ਹੈ, ਰਹਿਮਤ ਤੇ ਹੁੰਦੀ ਆ ਬਿਲਕੁਲ। ਅੱਧੋ ਅੱਧੀ ਦਾ ਤੇ ਫਰਕ ਪਾਣ ਡਿਆ, ਪੌਣੀ ਦਾ ਫਰਕ ਪਾ ਦਿਓ, ਦੇ ਦਿਓ। ਐ ਮੈਂ ਇਹਦੇ ਅੰਦਰ ਲਾ ਲਵਾਂ ਜ਼ਰਾ, ਕਰੋ ਭਾਜੀ ਕਰੋਨਾ ਹੁੰਦਾ ਵਾ, ਮੇਰਾ ਹਲਕਾ ਜਿਹਾ ਲਾ ਦਿਓ ਯਾਰ। ਗੂਚੀ ਦਾ ਸਰਫ ਹੈ ਜਿਹੜਾ ਤੂੰ ਲਾਉਣਾ ਅੰਦਰ, ਮਾਸ਼ਾਅੱਲਾ ਤੁਹਾਨੂੰ ਤੇ ਜੱਚੇ ਆ ਜੀਨਸ ਪਾਉਣ ਲੱਗ ਰਹੇ ਹੋ ਭਾਜੀ। ਤੁਸੀਂ ਦੱਸੋ ਤੁਹਾਨੂੰ ਤੁਸੀਂ ਕਿੰਨੇ ਪੈਸੇ ਦੇ ਦਿੱਤੇ? ਕਿੰਨੇ ਦੱਸੇ ਮਾਸਤਾ ਜੀ ਤੁਸੀਂ? ਭਾਜੀ ਲਾਸਟ 1000 ਰੁਪਈਆ ਲੱਗ ਜਾਏਗਾ ਇਹਦਾ। ਤੁਸੀਂ ਕਿੰਨਾ ਦੱਸਿਆ ਭਾਜੀ? 700। ਸਾਜ ਜੀ ਘੱਟ ਕਰ ਲਓ ਜੀ। ਚਲੋ ਮੈਂ ਘੱਟ ਕਰ ਲੈਣਾ, ਤੂੰ ਉਹ ਗਾਹਕ ਡੀਲ ਕਰ। ਭਾਜੀ ਕੋਈ ਚੀਜ਼ ਤੇ ਦਿਖਾ ਮੈਨੂੰ। 1000 ਤੋਂ ਨਹੀਂ ਘਟਣਾ? ਨਹੀਂ ਭਾਜੀ ਇਹ ਵਾਰੇ 'ਚ ਨਹੀਂ ਹੈਗਾ 1000 ਰੁਪਈਆ ਨਾ ਸਾਡੇ। ਅਤੇ ਕਰੰਸੀ ਕਿਹੜੀ ਚੱਲ ਜਾਏਗੀ ਇੱਥੇ? ਕਰੰਸੀ ਪਾਕਿਸਤਾਨ ਨਹੀਂ ਚੱਲਦੀ ਹੈ ਇੱਥੇ, ਕਿਹੜੀ ਕਿਉਂ ਕਰੰਸੀ ਚੱਲਦੀ? ਨਹੀਂ ਚਲੋ ਮੈਂ ਤੁਹਾਨੂੰ ਹੁਣ ਦੇਣਾ ਬਾਹਰ ਦੇ ਪੈਸੇ। ਇਹ ਕਿਹੜੇ ਬਾਹਰ ਦੇ ਪੈਸੇ ਆ ਗਏ ਤੁਹਾਡੇ? ਇਹ ਚਾਈਨੀਜ਼ ਹੈਗੇ ਨੇ। ਇਹ ਲਓ ਇਹਦੇ 'ਚੋਂ ਮੈਨੂੰ ਬਕਾਇਆ ਦਿਓ। ਇਹ ਤੈਨੂੰ ਮੈਂ ਕਿਹਾ ਸੀ ਨਾ ਭਾਅ, ਜੇਬਾਂ ਨਾ ਫੋਲ ਜਦੋਂ ਤੂੰ ਪੈਸੇ ਪੇ ਕਰ ਦੇਂਗੇ। ਤੂੰ ਰੱਖੇ ਇਹਦੇ 'ਚ? ਨਹੀਂ ਤੂੰ ਨਹੀਂ ਰੱਖੇ, ਇਹ ਹੋ ਜਾਂਦਾ ਵਾ ਇਸ ਤਰ੍ਹਾਂ ਨਾ, ਜੇਬਾਂ ਨਾ ਫੋਲ ਤੇ 1000 ਰੁਪਈਆ ਮੈਂ ਤੈਨੂੰ ਦੇਣ ਦਿਆ। ਇਹ 1000 ਰੁਪਈਆ ਨੀ, ਇਹਨੂੰ ਮੈਂ ਵਿੱਚੋਂ ਨਿਕਲਿਆ, ਪਤਾ ਨੀ ਮੇਰੇ ਨਿਕਲਿਆ ਹੁਣ ਤੇਰੇ ਤਰੀ, ਤੇਰੇ ਏਡਾ ਖੁਸ਼ ਕਿਸਮਤ ਤੂੰ ਤੇਰੇ ਨਿਕਲਨੇ ਆ ਭਾਈ। ਨਹੀਂ ਇਹ ਨਹੀਂ ਹੈਗਾ, ਆ ਫੜਾ ਦੇ ਉਰੇ। ਆ ਤੁਹਾਡੇ ਕਿੱਦਾਂ ਹੋ ਗਿਆ ਯਾਰ? ਸਾਡੇ ਹੋ ਗਏ ਭਾਈ, ਤੈਨੂੰ ਮੈਂ ਮਨਾ ਨਹੀਂ ਕਰਨ ਡਿਆ ਵੀ ਜੇਬਾਂ ਨਾ ਫੋਲ। ਤੂੰ ਆਪ ਰੱਖੇ ਵੀ ਜੇਬਾਂ ਨਾ ਫੋਲ? ਨਹੀਂ ਤੈਨੂੰ ਮੈਂ ਕਿਹਾ ਨੀ ਜੇਬਾਂ ਨਾ ਫੋਲ, ਤੇ ਜੋ ਉਹਦਾ ਵਿੱਚੋਂ ਕੁਛ ਨਿਕਲਦਾ ਨਾ ਉਹ ਸਾਡਾ ਹੁੰਦਾ ਵਾ। ਨਹੀਂ ਨਹੀਂ ਜਿਹੜਾ ਗਾਹਕ ਨੇ ਲੈ ਲਿਆ 1000 ਰੁਪਇਆ ਮੈਂ ਤੈਨੂੰ ਦੇਣਾ ਇਹਦਾ। ਨਹੀਂ 1000 ਰੁਪਇਆ ਤੂੰ ਪਹਿਲੇ ਅਦਾ ਕਰ ਦਿੰਦਾ ਨਾ, ਫੇਰ ਤੂੰ ਜੋ ਮਰਜ਼ੀ ਤੇਰਾ ਨਿਕਲ ਆਉਂਦਾ ਉਹ ਤੇਰਾ ਸੀ। ਯਾਰ ਮੇਰਾ ਉਸ ਲੰਡੇ 'ਚ ਵੀ ਨਿਕਲੇ, ਮੇਰੇ ਕੋਲ $70 ਨਿਕਲੇ, ਉਹਨੇ ਤਾਂ ਨਹੀਂ ਕਿਹਾ ਇੰਜ? ਯਾਰ ਤੂੰ ਤਾਂ ਲੰਡੇ 'ਚੋਂ ਲੱਗਦਾ ਅਮੀਰ ਹੋ ਜਾਣਾ ਇੱਦਾਂ ਸ਼ੀਵਾਂ ਕੱਢ ਕੱਢ ਕੇ। ਤੁਸੀਂ ਜਦੋਂ ਲਿਆਉਂਦੇ ਮਾਲ ਸਾਰੀਆਂ ਜੇਬਾਂ ਫੋਲ ਲਿਆ ਕਰੋ। ਕਿਸੇ ਟਾਈਮ ਤਾਂ ਮੈਂ ਜੇਬਾਂ ਫੋਲ ਰਿਹਾ ਸੀ। ਕਿਸੇ ਟਾਈਮ ਰਹਿ ਜਾਂਦੀ ਆ, ਮਿਸਿੰਗ ਹੋ ਜਾਂਦੀ ਆ ਵਿੱਚ। ਨਹੀਂ ਨਹੀਂ ਭਾਈ ਮੈਂ
ਆ ਕਾਡੀ ਯਾਰ ਉਹਦੇ ਭਾਈ ਠਹਿਰ ਜਾ ਭਾਈ ਹੱਥੀ ਨਾ ਪਾ ਓਏ ਜੀ ਨਹੀਂ ਆ ਲਾ ਕੋਟ ਵੀ ਲਾ ਤੇ ਆ ਉਹਨਾਂ ਡਾਲਰ ਫੜਾ ਨਾ ਉਹਦੇ ਲੈ ਡਾਲਰ ਫੜਾ ਐਡਾ ਤੂੰ ਅਮਰੀਕਾ ਦਾ ਸਦਰ ਤੈਨੂੰ ਡਾਲਰ ਦਵਾਂ ਮੈਂ ਇਹ ਚਾਈਨੀਜ਼ ਆ ਉਹ ਚਾਈਨੀਜ਼ ਆ ਜੋ ਵੀ ਆ ਇਹ ਭਾਈ ਸਾਡੇ ਹੁੰਦੇ ਆ ਸਮਝਦਾ ਨਾ ਚੱਲ ਤੂੰ ਚਾਈਨੀਜ਼ ਦੀ ਕਰੰਸੀ ਨੂੰ ਦੱਸ ਕੀ ਕਹਿੰਦੇ ਆ ਚਾਈਨੀਜ਼ ਦੀ ਕਰੰਸੀ ਨੂੰ ਜੋ ਵੀ ਕਹਿੰਦੇ ਆ ਜਦੋਂ ਅਸੀਂ ਚੇਂਜ ਕਰਾਵਾਂਗੇ ਆਪ ਹੀ ਕਰਾ ਲਾਂਗੇ ਅਸੀਂ ਨਹੀਂ ਭਾਈ ਮੇਰੇ ਵਿੱਚੋਂ ਨਿਕਲੇ ਮੈਂ ਨਹੀਂ ਦੇਣੇ ਉਹ ਵਿੱਚੋਂ ਤੇਰੇ ਗੱਲਾਂ ਲੱਗਾ ਸੀ ਤੇਰਾ ਇੱਥੇ ਤੇਰੇ ਵਿੱਚੋਂ ਨਿਕਲੇ ਆ ਵੀ ਤੂੰ ਆਪ ਜੋੜੇ ਦਿੰਦੇ ਨਾ ਪਾਕਿਸਤਾਨੀ ਹਜ਼ਾਰ ਦਿੰਦੇ ਪਾਕਿਸਤਾਨੀ ਨਹੀਂ ਹਜ਼ਾਰ ਆ ਫੜਾ ਉਹ ਤੂੰ ਆ ਉਹ ਭਾਈ ਆ ਸਾਡੇ ਆ ਉਹ ਸੇਲ ਯਾਰ ਵਿੱਚੋਂ ਆ ਮੈਂ ਕਹਿ ਰਿਹਾ ਸੀ ਜੇ ਮੈਂ ਨਾ ਫੋਨ ਮੇਰੀ ਗੱਲ ਸੁਣ ਬਈ ਤੂੰ ਦੁਕਾਨਦਾਰ ਆ ਹਾਂਜੀ ਇਹਦੇ ਨਾਲ ਮੇਰੀ ਡਨ ਹੋ ਗਈ ਮੈਂ ਕਿਹਾ 1000 ਰੁਪਿਆ ਮੈਂ ਦੇਣਾ ਵਾ ਮੇਰਾ ਹੋ ਗਿਆ ਕੋਟ ਹਾਂਜੀ ਤੁਹਾਡਾ ਆ ਵਿੱਚੋਂ ਨਿਕਲਿਆ ਇਹ ਹੁਣ ਮੰਗਣ ਦੇ ਆਏ ਮੈਂ ਤੈਨੂੰ ਕਾਹਦੇ ਲਈ ਦਵਾਂ ਤੂੰ ਪਹਿਲਾਂ ਫੋਨ ਲੈਣੇ ਤੈਨੂੰ ਮੈਂ ਮਨਾ ਨਹੀਂ ਕਰਨ ਦਿਆ ਵੀ ਇਹ ਪਾਕਟਾ ਨਾ ਫੋਲ ਜਦੋਂ ਅਸੀਂ ਤੈਨੂੰ ਦਵਾਂਗੇ ਪੀਸ ਉਹਦਾ ਪਾਕਟਾ ਨਾ ਫੋਲ ਕੀ ਵਿੱਚ ਠੂਏ ਆ ਹਾਂਜੀ ਕੋਟ ਦੇਤਾ ਸੀ ਨਾ ਤੁਸੀਂ ਉਹਨਾਂ ਨੂੰ ਅਜੇ ਤੇ ਬਿਨ ਮੈਂ ਯਾਰ ਭਾਈ ਪੇਮੈਂਟ ਹੀ ਨਹੀਂ ਕੀਤੀ ਜਾਂ ਤੇ ਪੇਮੈਂਟ ਕਰ ਦਿੰਦਾ ਫਿਰ ਲੈ ਜਾਂਦਾ ਫਿਰ ਗੱਲ ਹੁੰਦੀ ਜ਼ਬਾਨ ਹੁੰਦੀ ਬੰਦੇ ਦੀ ਜ਼ਬਾਨ ਉਹ ਜ਼ਬਾਨ ਹੀ ਹੁੰਦੀ ਆ ਤੇਰੀ ਜ਼ਬਾਨ ਆ ਕੋਈ ਤੇ ਮੈਂ ਤੈਨੂੰ ਕਹਿੰਦੀ 1000 ਦੇਣਾ ਵਾ ਠੀਕ ਆ ਮੈਨੂੰ ਪਤਾ ਲੱਗ ਗਿਆ ਇਹ ਚ ਹੈਗੇ ਮੈਂ ਇਸ ਲਈ 1000 ਦੇ ਰਿਹਾ ਤੈਨੂੰ ਲਿਆ ਔਰ ਆ ਪੈਸੇ ਫੜਾ ਨਾ 1000 ਰੁਪਿਆ ਦੇ ਇਹ 1000 ਦਾ ਇਹ ਤਾਂ ਕਿੰਨੇ ਪੈਸੇ ਬਣ ਜਾਣੇ ਇਹਦੇ ਤੇ ਯਾਰ ਜਿੰਨੇ ਵੀ ਬਣ ਜਾਣੇ ਆ ਇਹ ਪੈਸੇ ਸਾਡੇ ਹੈਗੇ ਨਹੀਂ ਪਏ ਮੇਰੀ ਨਸੀਬ ਆ ਮੈਂ ਅਜੇ ਹੋਰ ਮਾਲ ਲੈਣਾ ਤੁਹਾਡੀ ਮਿਹਰਬਾਨੀ ਉਹਨਾਂ ਨੇ ਸਦਕਾ ਦਿੱਤਾ ਸਾਡੇ ਉਸਤਾਦ ਨੂੰ ਦੇ ਦਿਓ ਉਹ ਅਜੇ ਮੈਂ ਹੋਰ ਮਾਲ ਲੈਣਾ ਉਹਦੇ ਚੋਂ ਵੀ ਨਿਕਲ ਨਹੀਂ ਗਿਆ ਯਾਰ ਮਾਲ ਤੂੰ ਨਾ ਲੈ ਐਡਾ ਐਡਾ ਮਹਿੰਗਾ ਮਾਲ ਸਾਨੂੰ ਨਹੀਂ ਚਾਹੀਦਾ ਉਹ ਜਦੋਂ ਉੱਥੋਂ ਆਇਆ ਐਡੀ ਦੂਰੋਂ ਤੂੰ ਜੇਬਾਂ ਫੋਲ ਲਾ ਉਦੋਂ ਯਾਰ ਜੇਬਾਂ ਅਸੀਂ ਫੋਲਦੇ ਆ ਕੋਈ ਹੋ ਜਾਂਦੀ ਆ ਮਿਸਿੰਗ ਵਿੱਚ ਤੈਨੂੰ ਮੈਂ ਉਦੋਂ ਦਾ ਮਨਾ ਕਰਨ ਦਿਆਂ ਵੀ ਜੇਬਾਂ ਤੂੰ ਨਾ ਫੋਲ ਪਹਿਲਾਂ ਪੈਸੇ ਅਦਾ ਕਰ ਦੇ ਫਿਰ ਤੂੰ ਲੈ ਲਈ ਤੂੰ ਤਾਇਆ ਮੇਰਾ ਵੀ ਜੇਬਾਂ ਨਾ ਫੋਲ ਮੈਂ ਵੇਖਿਆ ਚੰਗਾ ਭਲਾ ਮੈਂ ਸਾਰੇ ਫੋਲ ਕੇ ਦਿੱਤੇ ਲੇਕਿਨ ਬਸ ਤੇਰੇ ਤੂੰ ਅੰਨਾ ਹੋਇਆ ਤੇਰੇ ਨਹੀਂ ਨਸੀਬਾਂ ਅਜੇ ਹੋਰ ਲੈਣਾ ਮਾਲ ਉਹ ਮਾਲ ਤੇਰੇ ਕੋਲ ਸੜਕ ਖਤਮ ਹੋ ਗਈ ਦੁਕਾਨ ਬੰਦ ਆ ਉਰੇ ਦੇ ਨਹੀਂ 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 ਉਹ ਮੈਨੂੰ ਸਾਡੇ ਫੌਤਗੀ ਹੋ ਗਈ ਦੁਕਾਨ ਬੰਦ ਉਰੇ ਫੜਾ ਤੂੰ ਆਹੋ ਤੇਰੇ ਤੇ ਡਾਲਰ ਵੇਖ ਕੇ ਫੌਤਗੀ ਹੋ ਗਈ ਤੇਰੀ ਆ ਤੂੰ ਫੜਾ ਉਰੇ ਮੈਨੂੰ ਦੇ ਡਾਲਰ ਵੇਖ ਕਿੰਨਾ ਉੱਤੇ ਜਾ ਰਿਹਾ ਹੈਗਾ ਤੂੰ ਜਿੱਥੇ ਵੀ ਜਾ ਰਿਹਾ ਨਾ ਤੇ ਜੇਬ 'ਚ ਨਾ ਜਾ ਰਿਹਾ ਹੋਵੇ ਇਹਨੂੰ ਕੱਢ ਇਹਨੂੰ ਬਾਹਰ ਨਹੀਂ ਭਾਈ ਇਹ ਮੇਰੇ ਹੈਗੇ ਆ ਵਿੱਚੋਂ ਨਿਕਲਿਆ ਉਹ ਮੈਨੂੰ ਇੱਕ ਬੈਗ ਦੇ ਦਿਓ ਐਦਾਂ ਐਦਾਂ ਸਾਰੀ ਨਾ ਦੁਕਾਨਦਾਰੀ ਖਰਾਬ ਹੋਣੀ ਆ ਮੇਰੀ ਗੱਲ ਸੁਣ ਐਦਾਂ 100 ਕੈਨੇਡੀਅਨ ਜਿਹੜੇ ਡਾਲਰ ਨਿਕਲਦੇ ਆ ਪਾਉਂਡ ਨਿਕਲਦੇ ਆ ਤੇ ਐਦਾਂ ਫਿਰ ਦੇਈ ਜਾਂਦੇ ਆ ਲੋਕਾਂ ਨੂੰ ਯਾਰ ਮੇਰੇ ਨਸੀਬ ਆ ਨਿਕਲ ਆਇਆ ਤੇਰੇ ਐਡੇ ਨਸੀਬ ਤੂੰ ਕਿਤੇ ਇੱਕ ਬੈਗ ਵੀ ਦਿਓ ਮੈਂ ਇਹਦੇ 'ਚ ਪਾਉਂਦਾ ਵਾ ਕੱਢ ਕੱਢ ਕੇ ਤੇ ਐਡਾ ਤੂੰ ਮੁਕੱਦਰ ਦਾ ਸਿਕੰਦਰ ਉਰੇ ਫੜਾ ਕੀ ਕੱਢ ਨਾ ਤੇ ਯਾਰ ਮੈਂ ਜੇ ਘਰ ਜਾ ਕੇ ਕੱਢ ਲੈਂਦਾ ਫੇਰ ਘਰ ਜਾ ਕੇ ਕੱਢ ਲੈਂਦਾ ਤੇਰੇ ਮੁਕੱਦਰ ਤੂੰ ਤੈਨੂੰ ਮੈਂ ਮਨਾ ਨਹੀਂ ਕਰਨ ਦਿਆ ਇੱਥੇ ਵੇਖਦੇ ਤੈਨੂੰ ਦੰਦਲ ਪੈ ਗਈ ਹੈ ਤੇਰੇ ਨਹੀਂ ਹੈਗੇ ਮੈਂ 1000 ਰੁਪਿਆ ਦੇਣਾ ਨਹੀਂ 1000 ਨਹੀਂ ਚਾਹੀਦਾ 1000 ਬਾਅਦ ਚ ਦਵੀ ਨਾ ਉਹ ਫੜਾ ਉਹ ਡਾਲ ਯਾਰ ਕੋਈ ਬੰਦਾ ਬਲਕਿ ਕਰਵਾ ਕੇ ਕਿਰਾਇਆ ਦੇਣਾ ਦੁਕਾਨ ਆ ਵੀ ਲਾ ਉਹ ਯਾਰ ਨਹੀਂ ਯਾਰ ਲਾ ਭਾ ਲਾ ਇਹਨੂੰ ਉਹ ਯਾਰ ਜਦੋਂ ਤੁਹਾਨੂੰ ਮਿਲੇ ਉਹ ਖੁਦਾ ਦਾ ਵਾਸਤਾ ਜੇ ਭਾਈ ਯਾਰ ਅਸੀਂ ਵੇਚਣਾ ਹੀ ਨਹੀਂ ਭਾਈ ਦੁਕਾਨ ਬੰਦ ਆ ਆ ਲਾ ਆ ਕੋਟ ਚੈਸਟਰ ਲਾ ਸਾਰਾ ਨਹੀਂ ਤੇ ਨਾ ਹੈਲੋ ਹੈਲੋ ਤੁਸੀਂ ਲੈ ਲਓ ਹੈਲੋ ਆ ਪੈਸੇ ਵੀ ਫੜਾ ਪੈਸੇ ਵਿੱਚ ਹੀ ਆ ਉਹਦੇ ਕਿਹੜੇ ਉਹਦੇ ਕੋਈ ਨਹੀਂ ਵਿੱਚ ਆ ਕੀ ਉਹ ਨਹੀਂ ਯਾਰ ਮੇਰੇ ਆ ਆ ਫੜਾ ਉਹ ਪੈਸੇ ਭਾਈ ਮੇਰੇ ਆ ਕੀ ਹੋ ਗਿਆ ਉਹ ਕਿਹੜੇ ਤੇਰੇ ਉਹ ਵਿੱਚੋਂ ਨਿਕਲੇ ਆ ਕਿੱਥੇ ਵਿੱਚੋਂ ਨਿਕਲੇ ਆ ਇਹਦੇ ਤੂੰ ਆਪ ਜੋੜੇ ਆ ਤੇ ਤੈਨੂੰ ਉਧਰੋਂ ਵੱਡੇ ਭਰਾ ਨੇ ਭੇਜੇ ਡਾਲਰ ਤੇਰੇ ਸਵੇਰੇ ਸਵੇਰੇ ਫੱਟਾ ਪਾ ਲਿਆ ਸਾਡੇ ਪੈਸੇ ਵਾਪਸ ਯਾਰ ਭਾਈ ਤੁਹਾਨੂੰ ਕਦੀ ਨਹੀਂ ਨਿਕਲੇ ਨਹੀਂ ਸਾਨੂੰ ਨਹੀਂ ਨਿਕਲੇ ਸਾਨੂੰ ਹੁਣ ਤੇ ਨਿਕਲੇ ਤਾਂ ਤੇ ਲੜਨੇ ਅਸੀਂ ਤੁਹਾਨੂੰ ਤੁਸੀਂ ਸਮਝੋ ਅੱਜ ਵੀ ਨਹੀਂ ਨਿਕਲੇ ਆ ਫੜਾ ਰਹੇ ਨਾ ਪੈਸੇ ਫੜਾ ਯਾਰ ਤੇਰੇ ਤੇ ਨਹੀਂ ਇਹ ਤੇ ਪਤਾ ਨਹੀਂ ਕਿਹਦੇ ਜਿੰਗ ਜੋਂਗ ਦੇ ਆ ਕਿਹਦੇ ਆ ਕੋਈ ਚਾਈਨੀਜ਼ ਰਕਮ ਤੇਰੇ ਤੇ ਨਹੀਂ ਹੈ ਯਾਰ ਹੁਣ ਜਿਹੜਾ ਮਾਲ ਦੇ ਪੈਸੇ ਅਸੀਂ ਉਹਨਾਂ ਨੂੰ ਖਰਚੇ ਆ ਨਾ ਦਿੱਤੇ ਆ ਉਹ ਸਾਡਾ ਹੀ ਆ ਜੋ ਨਿਕਲਣਾ ਤੇਰਾ ਕੀ ਨਿਕਲਣਾ ਦੱਸ ਮੈਨੂੰ ਆ ਫੜਾ ਰਹੇ ਪੈਸੇ ਫੜਾ ਤੇਰੇ ਵਰਗੇ ਬੰਦੇ ਦੀ ਜਾਂ ਬਾਹ ਨਿਕਲ ਜਾਂਦੀ ਜਾਂ ਲੱਤ ਨਿਕਲ ਜਾਂਦੀ ਦੁਕਾਨ ਬੰਦ ਆ ਉਹਦੇ ਦੁਕਾਨ ਬੰਦ ਆ ਉਹ ਯਾਰ ਸਾਰੇ ਫਟ ਜਾਣੇ ਆ ਨਾ ਤੇਰੇ ਕੰਮ ਆਉਣੇ ਨਾ ਮੇਰੇ ਐਵੇਂ ਕੰਮ ਨਹੀਂ ਆਣੇ ਯਾਰ ਕਿੰਨੀ ਵਾਰੀ ਸਹੇਲ ਭਾਈ ਤੁਹਾਨੂੰ ਕਿਹਾ ਵਾ ਵੀ ਤੁਸੀਂ ਜ਼ਰਾ ਤਿਆਤ ਨਾ ਫੋਨ ਲਿਆ ਕਰੋ ਉਸਤਾਦ ਜੀ ਸਾਈਡ ਤੇ ਲਾਓ ਇਹਨੂੰ ਜ਼ਰਾ ਆ ਲੋ ਲਿਆਓ ਦਿਓ ਹੁਣ ਆ ਲੈ 1000 ਰੁਪਿਆ ਦੇ ਉਹ ਮੈਂ ਤਾਂ ਟਗਾ ਨਹੀਂ ਦਿੰਦਾ ਹੁਣ ਇਹਦਾ 1000 ਮੈਂ ਕਿਹਦਾ ਕਾਹਦਾ ਦੇ ਦਿਆਂ ਭਾਜੀ ਇਹ ਕੋਰਟ ਤੇ ਵੇਖੋ 5 ਲੱਖ ਰੁਪਏ ਦਾ ਕੋਰਟ ਹੈ ਲੰਡਨ ਚ ਆ ਵਿੱਚ ਪਾ ਕੇ ਇਹ ਨਹੀਂ ਪਾ ਕੇ ਕੱਢ ਕੇ ਕੋਈ ਹੋਰ ਦਿਖਾ ਦੇ ਭਾਈ ਕੋਈ ਹੋਰ ਦਿਖਾ ਦੇ ਦਿਖਾ ਦਿੰਦਾ ਵਾ ਲੇਕਿਨ ਇਦਾਂ ਦੀ ਹਰਕਤ ਨਹੀਂ ਕਰਨੀ ਵੀਰੇ ਠੰਡ ਤੇ ਹੈਗੀ ਆ ਹੁਣ ਮੈਂ ਲੈਣਾ ਤੇ ਹੈ ਹੀ ਆ ਕੁਛ ਨਾ ਕੁਛ ਇਹ ਨਹੀਂ ਮੈਂ ਲੈਣਾ ਆਪਣੇ ਵਰਗੇ ਆਹ ਦੇ ਦੇ ਮੈਨੂੰ ਇਹਦੇ ਕਿੰਨੇ ਪੈਸੇ ਲੈਣੇ ਉਹ ਨਹੀਂ ਇਹ ਤਾਂ ਮੈਂ ਆਪ ਕੱਢਿਆ ਵਿਆਹ ਵਾਸਤੇ ਤੇ ਵਿਆਹ ਵਾਸਤੇ ਹੋਰ ਕੱਢ ਲਈ ਤੂੰ ਤਾਂ ਇੱਥੇ ਹੀ ਹੁੰਦਾ ਹੋਰ ਆਉਂਦਾ ਹੀ ਰਹਿੰਦਾ ਇਹਦੇ ਕਿੰਨੇ ਪੈਸੇ ਲੈਣੇ ਨਹੀਂ ਇਹਦਾ ਨਹੀਂ ਕੋਈ ਪੈਸੇ ਲੈਣੇ ਤੇ ਮੈਂ ਵਿਆਹ ਵਾਸਤੇ ਆਪਣੇ ਕੱਢਿਆ ਉਹ ਵਿਆਹ ਤੇ ਨਹੀਂ ਇਹ ਪਾਈਦਾ ਜੰਗਾ ਜੁੰਗਾ 'ਚ ਪਾਈਦਾ ਤੂੰ ਵਿਆਹ ਦੇ ਪਾਈ 'ਚ ਉਸਤਾਦ ਜੀ ਇਹ ਦਿਖਾਓ ਇਹਨਾਂ ਨੂੰ ਛੱਡੋ ਇਹ ਵਖੋ ਹੈਲੋ ਉਸਤਾਦ ਜੀ
ਯਾਰ ਕੋਈ ਜੈਂਟਸ ਵੀ ਵਹਾ ਦਿਓ ਸਾਰੇ ਲੇਡੀਜ਼ ਹੀ ਵਹਾਈ ਜਾਂਦੇ ਓ ਯਾਰ ਯਾਰ ਭਾ ਤੈਨੂੰ ਕੋਈ ਜੇਬਾਂ ਫੋਲਣ ਦੀ ਯਾਦ ਆ ਜੇਬ ਕਤਰਾਂ ਤੋਂ ਜੀਰਾ ਬਲੇਟਾਂ ਤੋਂ ਯਾਰ ਅੱਗੇ ਜੇਬ ਚੋਂ ਲੱਭੇ ਮੈਂ ਤੁਹਾਨੂੰ ਹੀ ਦਿੱਤੇ ਇਹਦੇ ਚੋਂ ਵੀ ਲੱਭਣਗੇ ਤੁਹਾਨੂੰ ਦੇ ਦਾਂਗਾ ਚੱਲ ਮੇਰਾ ਭਰਾ ਤੁਸੀਂ ਮੈਨੂੰ ਨਹੀਂ ਯਾਰ ਦੁਕਾਨ ਬੰਦ ਆ ਭਾ ਤੁਸੀਂ ਮੈਨੂੰ ਇੱਥੇ ਰੱਖ ਲਓ ਜੇਬਾਂ ਫੋਲਣ 'ਤੇ ਕੀ ਤਨਖਾਹ ਦਿਓਗੇ ਉਹ ਕੋਈ ਨਹੀਂ ਜੇਬਾਂ ਤੂੰ ਘਰਦਿਆਂ ਦੀਆਂ ਫੋਲ ਜਾ ਕੇ ਚੱਲ ਮੇਰਾ ਭਰਾ ਦੁਕਾਨ ਬੰਦ ਆ ਚੱਲ ਚੱਲ ਕੀ ਬੰਦ ਆ ਉਹ ਦੁਕਾਨ ਬੰਦ ਵਾ ਭਾ ਫੌਤਗੀ ਹੋ ਗਈ ਸਾਡੇ ਅੱਲਾ ਦਾ ਹੁਕਮ ਭਾਈ ਫਿਰ ਚੱਲ ਅੱਲਾ ਦਾ ਹੁਕਮ ਏਡਾ ਨਾ ਫੁੱਫਾ ਬਣ ਸਾਡਾ ਅਫਸੋਸ ਬੰਦ ਕਰ ਇਕੱਠੇ ਹੀ ਚੱਲਦੇ ਹਾਂ ਚਲੋ ਜਾਓ ਦੁਕਾਨ ਬੰਦ ਹੈ ਇੱਦਾਂ ਦਾ ਗਾਹਕ ਨਹੀਂ ਸਾਨੂੰ ਚਾਹੀਦਾ